नमस्कार। प्रोग्राम तारे आगते ने विखरे साढ़े सारे ही दर्शकों का बहुत बहुत स्वागत है। प्यारे दर्शकों, अज असी दसन जा रहे हैं विशेष तौर पर नव ग्रह की औषधि का स्नान। बहुत सारे लोग जिहड़े वख वख ग्रहों की पीड़ा तो मुक्ति हासिल करना चाहते हैं, लेकिन उन्होंने पता नहीं होंगे कि उन्होंने किहड़ा ग्रह चंगा है, किहड़ा ग्रह माड़ा है। ऐसी हालत दे विच सारे ही इस उपाय नूं कर सकते हैं। समगरी के तौर पर 100-100 ग्राम तुसीं हर चीज़ लैनी है, जिदा चावल हो गया, नागर मोथा हो गया, सुके आंवले हो गए, सरसों, दूब, तो उस अलावा 51 पत्ते तुलसी के लैने, 21 पत्ते बेलपत्री, 10 ग्राम पीसी हुई हल्दी, 21 ग्राम इलायची, तो थोड़ा जहा गौमूत्र, 10 ग्राम लाल चंदन, 10 ग्राम गोरोचन, 50 ग्राम काले तिल, 5 ग्राम लौंग, 10 ग्राम गुग्गल, 5 ग्राम हिंग। हुण इन्हां सारिआं दे नाल किद्दां असी नवग्रह दे लई औषधि स्नान कर सकते हैं, इहदे लई जानिओ तुसीं, देखिओ साडा कल दा एपीसोड। हुण अज गल करदे हां जिद्दां गुरु ते चंद्र ਦੋਨਾਂ ਦੇ ਘਰ ਦੇ ਵਾਸਤੂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਖਿੜਕੀਆਂ ਨਾਲ ਸੰਬੰਧਿਤ ਅਸੀਂ ਸਾਰੀ ਸਾਇੰਸਿਸ ਦੱਸਣ ਜਾ ਰਹੇ ਹਾਂ ਨੌਰਥ ਈਸਟ ਦੇ ਬਾਰੇ। ਜਦੋਂ ਨੌਰਥ ਈਸਟ ਦੇ ਪਾਸੇ ਦੂਜੀ ਅਤੇ ਤੀਜੀ ਖਿੜਕੀ ਵੀ ਪੂਜਾ ਘਰ ਦੇ ਵਿੱਚ ਹੋਵੇ ਤਾਂ ਘਰ ਦੀਆਂ ਉਨੀਆਂ ਹੀ ਲੜਕੀਆਂ ਜ਼ਿਆਦਾ ਧਾਰਮਿਕ ਹੁੰਦੀਆਂ। ਇਸੇ ਤਰੀਕੇ ਦੇ ਨਾਲ ਐਸੀ ਸਥਿਤੀ ਦੇ ਵਿੱਚ ਜੇ ਰੋਸ਼ਨੀ ਦੀ ਕਮੀ ਹੋਵੇ ਜਾਂ ਖਿੜਕੀ ਹਮੇਸ਼ਾ ਬੰਦ ਕੀਤੀ ਜਾਂਦੀ ਹੋਵੇ ਤਾਂ ਘਰ ਦੀਆਂ ਲੜਕੀਆਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਅਤੇ ਦੁੱਖ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸੋ ਐਸੀ ਸਥਿਤੀ ਸੂਰਜ ਦੇ ਸੱਜੇ ਹੱਥ ਵਾਲੀ ਜਿਹੜੀ ਹੈ ਖਿੜਕੀ ਦੇ ਉੱਤੇ ਵੀ ਹੁੰਦੀ ਹੈ। ਇਹ ਗੱਲਾਂ ਜਿਹੜੀਆਂ ਘਰ ਦੇ ਬੇਟੇ ਦੇ ਉੱਤੇ ਵੀ ਲਾਗੂ ਹੁੰਦੀਆਂ, ਜਿਸ ਕਾਰਨ ਘਰ ਦਾ ਇੱਕ ਸਦੱਸਿਆ ਬਹੁਤ ਦੂਰ ਜਾ ਕੇ ਰਹਿੰਦਾ। ਫਿਰ ਅੰਡਰਗਰਾਊਂਡ ਪਾਣੀ ਦਾ ਸਰੋਤ ਜਿਹੜਾ ਹੈ ਕਿਸੇ ਤਰੀਕੇ ਦੇ ਨਾਲ ਐਸੀ ਹਾਲਤ 'ਚ ਢੱਕਿਆ ਜਾਂਦਾ ਹੈ, ਪੱਥਰ ਜਾਂ ਸਲੈਬ ਦੇ ਨਾਲ। ਸੋ ਐਸੀ ਹਾਲਤ ਦੇ ਵਿੱਚ ਘਰ ਦੇ ਮੁਖੀਆ ਦੀ ਮਾਂ ਨੂੰ ਜ਼ਿੰਦਗੀ ਦੇ ਅੰਤਿਮ ਸਮੇਂ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਘਰ ਦੀਆਂ ਹੋਰ ਮਹਿਲਾਵਾਂ ਦੇ ਲਈ ਵੀ ਛੁੱਪੇ ਤੌਰ 'ਤੇ ਦੁਖਦ ਘਟਨਾਵਾਂ ਹੋਣ ਦੀਆਂ ਸੰਭਾਵਨਾ ਰਹਿੰਦੀ ਹੈ। ਜੇ ਪੂਜਾ ਘਰ ਦੇ ਬਿਲਕੁਲ ਸਾਹਮਣੇ ਕੋਈ ਨਲ ਅੰਡਰਗਰਾਊਂਡ ਪਾਣੀ ਦਾ ਸਰੋਤ ਹੋਵੇ ਤਾਂ ਘਰ ਦੇ ਮੁਖੀਏ ਨੂੰ ਸਟਾਰਟ ਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਬਹੁਤ ਲੰਬੇ ਸਮੇਂ ਦੇ ਬਾਅਦ ਉਹਦੀ ਕਿਸਮਤ ਜਾਗਦੀ ਹੈ, ਲੇਕਿਨ ਘਰ ਦੀ ਮਾਂ ਜਿਹੜੀ ਆ ਉਹ ਬਹੁਤ ਹੀ ਧਾਰਮਿਕ ਹੁੰਦੀ ਹੈ। ਸੁਪਨੇ ਦੇ ਵਿੱਚ ਜੇ ਭਰਿਆ ਹੋਇਆ ਘੜਾ ਦੇਖਦੇ ਹੋ ਤਾਂ ਧਨ ਮਿਲਦਾ ਹੈ, ਸੁਪਨੇ ਦੇ ਵਿੱਚ ਘਿਓ ਦੇਖਦੇ ਹੋ ਤਾਂ ਵੀ ਧਨ ਮਿਲਦਾ, ਸੁਪਨੇ ਦੇ ਵਿੱਚ ਮੈਲੀ ਚਾਦਰ ਦੇਖਦੇ ਹੋ ਤਾਂ ਵੀ ਧਨ ਮਿਲਣ ਦੇ ਲੱਛਣ ਹੁੰਦੇ ਆ। ਜਿਹੜਾ ਵਿਅਕਤੀ ਸੁਪਨੇ ਦੇ ਵਿੱਚ ਪਰਕੋਟਾ ਯਾਨੀ ਪਰਛੱਤੀ, ਦਰਵਾਜ਼ਾ, ਸਫੇਦ ਛੱਤਰ ਦੇਖਦਾ ਤਾਂ ਉਹਨੂੰ ਵੀ ਧਨ ਲਾਭ ਮਿਲਦਾ। ਸੋ ਪਿਆਰੇ ਦਰਸ਼ਕੋ, ਇਹ ਵੱਖ ਵੱਖ ਅੱਜ ਅਸੀਂ 3 ਟੋਪਿਕਸ ਦੇ ਉੱਤੇ ਤੁਹਾਨੂੰ ਦੱਸਿਆ ਅਤੇ ਇੱਕੋ ਚੀਜ਼ ਕਹਾਂਗੇ ਕਿ ਜੇ ਤੁਹਾਨੂੰ ਸਾਡਾ ਅੱਜ ਦਾ ਇਹ ਵਿਸ਼ੇ ਵਧੀਆ ਲੱਗੇ ਤਾਂ ਆਪਣੇ ਦੋਸਤਾਂ ਦੇ ਨਾਲ ਇਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਨਾਲ ਹੀ ਨਾਲ ਤੁਸੀਂ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਸਬਸਕ੍ਰਾਈਬ ਕਰਕੇ ਵੀ ਉੱਥੇ ਪਈ ਜਾਣਕਾਰੀ ਦੇ ਨਾਲ ਬੇਸ਼ਕੀਮਤੀ ਲਾਭ ਉਠਾ ਸਕਦੇ ਹੋ, ਕਿਉਂਕਿ ਸਾਡੇ ਬਹੁਤ ਸਾਰੇ ਐਪੀਸੋਡਸ ਤੁਹਾਡੇ ਲਈ ਉੱਥੇ ਪਏ ਨੇ ਜਿਨ੍ਹਾਂ ਨਾਲ ਤੁਹਾਨੂੰ ਹਮੇਸ਼ਾ ਲਾਈਫ ਦੇ ਵਿੱਚ ਲਾਭ ਹੁੰਦਾ ਰਹੇਗਾ। ਸੋ ਸਾਡਾ ਯੂਟਿਊਬ ਚੈਨਲ ਤੋਂ ਇਲਾਵਾ ਸਾਡਾ ਫੇਸਬੁੱਕ ਪੇਜ ਵੀ ਹੈ ਸੇਮ ਨਾਮ ਤੋਂ, ਉਹਨੂੰ ਵੀ ਤੁਸੀਂ ਲਾਈਕ ਕਰਕੇ ਉੱਥੇ ਪਈ ਨਵੀਂ ਜਾਣਕਾਰੀ ਦਾ ਲਾਭ ਉਠਾ ਸਕਦੇ ਹੋ ਅਤੇ ਨਾਲ ਹੀ ਨਾਲ ਸਾਡਾ ਜਿਹੜਾ ਵਟਸਐਪ ਨੰਬਰ ਹੈ ਇਹਨੂੰ ਐਡ ਕਰਨ ਦੇ ਲਈ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਉੱਥੇ ਸਿੰਪਲੀ ਤੁਸੀਂ ਭੇਜ ਕੇ ਸਾਡੀ ਲਿਸਟ ਦੇ ਵਿੱਚ ਐਡ ਹੋ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ। ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ, ਜਦਕਿ ਵਰਿਸ਼ਠ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਬਹੁਤ ਵਧੀਆ ਹੋ ਸਕਦਾ ਹੈ। ਮਿਥੁਨ ਰਾਸ਼ੀ ਵਾਲਿਆਂ ਨੂੰ ਬਹੁਤ ਜ਼ਿਆਦਾ ਭੱਜ ਦੌੜ ਬਣੀ ਰਹੇਗੀ, ਜਦਕਿ ਕਰਕ ਰਾਸ਼ੀ ਵਾਲੇ ਜਿਸ ਤਰਫ ਜਾਓਗੇ ਅੱਜ ਤੁਹਾਡੀ ਜੈਕਾਰ ਹੋਏਗੀ। ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜਨ ਦਾ ਮੌਕਾ ਹੈਗਾ, ਜਦਕਿ ਕੰਨਿਆ ਰਾਸ਼ੀ ਵਾਲੇ ਲੰਬੀ ਧਾਰਮਿਕ ਯਾਤਰਾ 'ਤੇ ਜਾ ਸਕਦੇ ਹਨ। ਤੁਲਾ ਰਾਸ਼ੀ ਵਾਲੇ ਜਾਤਕ ਤੁਹਾਡਾ ਨਾਮ ਜਿਹੜਾ ਹੈਗਾ ਅੱਜ ਬਹੁਤ ਸ਼ੋਹਰਤ ਹਾਸਲ ਕਰੇਗਾ। ਵਰਿਸ਼ਟਿਕ ਰਾਸ਼ੀ ਵਾਲੇ ਪੁਲਿਸ ਦੇ ਨਾਲ ਕੋਈ ਨਾ ਕੋਈ ਪੰਗਾ ਪੈ ਸਕਦਾ ਅਤੇ ਤਨੂ ਰਾਸ਼ੀ ਵਾਲੇ ਜਾਤਕ ਸਟੱਡੀਜ਼ ਦੇ ਵਿੱਚ ਅੱਛੇ ਰਿਜ਼ਲਟਸ ਮਿਲ ਸਕਦੇ ਆ। ਮਕਰ ਰਾਸ਼ੀ ਵਾਲੇ ਜਿਸ ਤਰਫ ਜਾਓਗੇ ਤੁਹਾਡੀ ਅੱਜ ਧੂਮ ਮੱਚੀ ਰਹੇਗੀ। ਕੁੰਭ ਰਾਸ਼ੀ ਵਾਲਿਆਂ ਦੀ ਅੱਜ ਕੋਈ ਕੀਮਤੀ ਚੀਜ਼ ਗੁਆਚ ਸਕਦੀ ਹੈ ਅਤੇ ਮੀਨ ਰਾਸ਼ੀ ਵਾਲੇ ਕਿਸਮਤ ਅੱਜ ਥੋੜ੍ਹੀ ਜਿਹੀ ਠੰਡੀ ਹੋ ਸਕਦੀ ਹੈ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਤੋਂ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਮਿਲ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁ ਕੇ ਜਾਇਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਇਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲਿਓ, ਝੂਠ ਨਾ ਬੋਲਿਓ, ਗਾਲਾਂ ਨਾ ਕੱਢਿਓ, ਕਿਸੇ ਦਾ ਮਾੜਾ ਨਾ ਕਰਿਓ, ਤਕਦੀਰ ਬਹੁਤ ਵਧੀਆ ਹੋ ਜੂਗੀ, ਧੀਆਂ ਨੇ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ, ਨਸ਼ਿਆਂ ਤੋਂ ਪਰਹੇਜ਼ ਕਰਿਓ ਅਤੇ 10 ਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੇ ਸਾਰੇ ਸਿਤਾਰੇ ਬਹੁਤ ਜ਼ਿਆਦਾ ਵਧੀਆ ਹੋਣਗੇ। ਜੋਤਿਸ਼ ਇੱਕ ਕੈਲਕੂਲੇਟਿਡ ਸਾਇੰਸ ਹੈ, ਜੋਤਿਸ਼ ਦੇ ਨਾਂ 'ਤੇ
ਕੋਈ ਵੀ ਵਹਿਮਾਂ ਭਰਮਾਂ 'ਚ ਨਾ ਪਈਓ, ਨਾ ਹੀ ਇੱਦਾਂ ਦੇ ਲੋਕਾਂ ਦੇ ਜਾਲ ਦੇ ਵਿੱਚ ਫਸਿਓ ਜਿਹੜੇ ਕਹਿੰਦੇ ਆ ਕਿ 5 ਮਿੰਟ ਦੇ ਵਿੱਚ ਸਮਾਧਾਨ, ਜਾਂ ਕਹਿੰਦੇ ਆ ਮਨਚਾਹਾ ਵਸ਼ੀਕਰਨ, ਜਾਂ ਕਹਿੰਦੇ ਆ ਕਿ ਤੰਤਰ ਨਾਲ ਉਹ ਕੁਛ ਵੀ ਕਰ ਸਕਦੇ ਆ। ਜੋਤਸ਼ੀ ਇੱਕ ਗ੍ਰਹਿਆਂ ਦਾ ਡਾਕਟਰ ਹੁੰਦਾ, ਜੋਤਸ਼ੀ ਰੱਬ ਨਹੀਂ ਹੁੰਦਾ। ਜੋਤਸ਼ੀ ਆਪਣੇ ਐਫਰਟਸ ਕਰ ਸਕਦਾ ਜਿਹੜੇ 95% ਤੱਕ ਹੀ ਸਫਲ ਹੁੰਦੇ ਆ, ਇਹ ਤੋਂ ਜ਼ਿਆਦਾ ਨਹੀਂ ਹੁੰਦੇ, ਕਿਉਂਕਿ 5% ਇਨ ਹੈਂਡਸ ਆਫ ਗੋਡ। ਕੱਲ੍ਹ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਕੱਲ੍ਹ ਤੱਕ ਲਈ ਨਮਸਕਾਰ।